This is the map of the area that is marked for the session from India through Khalistan referendum. ਭਾਈ ਗੁਰਪਤਨ ਸਿੰਘ ਪੰਨੂ ਸਾਹਿਬ ਜਿਹੜੀ ਰਨ ਕਰ ਰਹੇ ਹੈਗੇ ਨੇ ਉਸਨੂੰ ਵੀ ਖਾਲਿਸਤਾਨ ਦੀ ਰੂਪ ਰੇਖਾ ਕਹੀ ਹੋਏਗੀ, ਖਾਲਿਸਤਾਨ ਦਾ ਮੈਪ ਕਿੱਦਾਂ ਦਾ ਹੋਏਗਾ। ਲਾਨਤ ਸਿੱਖ ਕੌਮ ਦੇ ਉੱਤੇ ਸਿਰ ਤੁਸੀਂ ਹੋਰ ਮੜੀ ਜਾ ਰਹੇ ਹੈਗੇ ਹੋ, ਇਹੋ ਜਿਹੀ ਨਵੀਂ ਤੋਂ ਨਵੀਂ ਛੁਤਰੀ ਛੱਡ ਕੇ ਜੀ ਮੈਪ ਬਣ ਰਿਹਾ ਹੈਗਾ ਜੀ, ਮੈਪ ਆ ਗਿਆ ਖਾਲਿਸਤਾਨ ਦਾ ਮੈਪ ਆ ਗਿਆ। ਮੈਪ ਦੇਖ ਕੇ ਹੱਸੀ ਆਉਂਦੀ ਹੈਗੀ, ਕਿਸੇ ਬਾਹਰਲੇ ਬੰਦੇ ਨੂੰ ਦਿਖਾਉਂਦੇ ਹੈਗੇ, ਲੋਕਾਂ ਨੇ ਮਜ਼ਾਕ ਉਡਾਉਣਾ ਹੈਗਾ ਤੁਹਾਡਾ। ਹਰ ਰੋਜ਼ ਨਵੀਂ ਤੋਂ ਨਵੀਂ ਕੋਈ ਨਾ ਕੋਈ ਕਰਤੂਤ ਤੁਸੀਂ ਕਰਦੇ ਹੈਗੇ। ਇਹ ਤੁਹਾਡੀਆਂ ਇਹਨਾਂ ਹਰਕਤਾਂ ਦੇ ਨਾਲ ਜਿਹੜੇ ਕੋਈ ਸਟੂਡੈਂਟ ਇੱਥੇ ਕੋਈ ਆਏ ਹੋਏ ਹੈਗੇ ਨੇ ਕੈਨੇਡਾ ਦੇ ਵਿੱਚ, ਅਮੈਰੀਕਾ ਦੇ ਵਿੱਚ, ਯੂਕੇ ਦੇ ਵਿੱਚ, ਜਾਂ ਜਿਹੜਾ ਕੋਈ ਅਣਜਾਣ ਬੰਦਾ ਹੈਗਾ ਤੁਹਾਡੀਆਂ ਗੱਲਾਂ ਦੇ ਵਿੱਚ ਆ ਕੇ ਤੁਹਾਡੇ ਨਾਲ ਖੜ ਕੇ ਇਸ ਚੀਜ਼ ਦੇ ਵਿੱਚ ਜਾ ਕੇ ਤੁਹਾਡੇ ਨਾਲ ਕਿਤੇ ਭਾਗੀਦਾਰ ਬਣੂਗਾ, ਤੁਹਾਡੇ ਨਾਲ ਕਿਤੇ ਖੜੂਗਾ, ਉਸ ਬੰਦੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਪ੍ਰੋਬਲਮ ਆ ਸਕਦੀ ਹੈਗੀ ਹੈ। ਪਰ ਅਸਲੀਅਤ ਇਹ ਹੈਗੀ ਹੈ, ਇਹਨਾਂ ਨੂੰ ਲੰਡਨ ਦਾ ਕੀ ਯੂਕੇ ਦਾ ਕੋਈ ਵੀ ਗੁਰਦੁਆਰਾ ਮੂੰਹ ਨਹੀਂ ਲਾ ਰਿਹਾ ਹੈਗਾ। ਹਾਂਜੀ ਦੋਸਤੋ, ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੁਖੀ ਚਹਿਲ ਫਰੋਮ ਸੈਨ ਹੋਜ਼ੇ ਕੈਲੀਫੋਰਨੀਆ। ਅਤੇ ਅੱਜ ਜਿਹੜੇ ਆਪਾਂ ਮਸਲੇ ਦੇ ਬਾਰੇ ਗੱਲ ਕਰਨ ਜਾ ਰਹੇ ਹੈਗੇ ਹਾਂ, ਬੜਾ ਇੰਪੋਰਟੈਂਟ ਮਸਲਾ ਹੈਗਾ ਹੈ। ਸਿੱਖਸ ਫੋਰ ਜਸਟਿਸ ਨਾਂ ਦੀ ਇੱਕ ਔਰਗਨਾਈਜੇਸ਼ਨ ਹੈਗੀ ਹੈ ਸਾਡਾ, ਜਿਹੜੇ ਕਿ ਹਮੇਸ਼ਾ ਕਾਫੀ ਟਾਈਮ ਤੋਂ ਭਾਈ ਗੁਰਪਤਵੰਤ ਸਿੰਘ ਪੰਨੂ ਸਾਹਿਬ ਜਿਹੜੀ ਰਨ ਕਰ ਰਹੇ ਹੈਗੇ ਨੇ ਉਸਨੂੰ ਆਪਾਂ ਨੂੰ ਖਾਲਿਸਤਾਨ ਦੀ ਹਮੇਸ਼ਾ ਗੱਲ ਕਰਦੇ ਹੈਗੇ ਨੇ। ਚਲੋ ਉਹਨਾਂ ਦੀ ਸੋਚ ਹੈਗੀ ਹੈ, ਪਰ ਲੇਟਲੀ ਇੱਕ ਉਹਨਾਂ ਨੇ ਹੁਣ ਇੱਕ ਨਵੀਂ, ਅਕਸਰ ਉਹ ਜਾਣੇ ਜਾਂਦੇ ਹੈਗੇ ਨੇ ਕਿ ਕੋਈ ਨਾ ਕੋਈ ਛੁੱਤਰੀ ਛੱਡਦੇ ਹੈਗੇ ਨੇ, ਇੱਕ ਨਵੀਂ ਛੁੱਤਰੀ ਜਿਹੜੀ ਉਹਨਾਂ ਨੇ ਛੱਡੀ ਹੈਗੀ ਹੈ ਵੀ ਖਾਲਿਸਤਾਨ ਦੀ ਰੂਪ ਰੇਖਾ ਕਹੀ ਜੀ ਹੋਏਗੀ, ਖਾਲਿਸਤਾਨ ਦਾ ਮੈਪ ਕਿੱਦਾਂ ਦਾ ਹੋਏਗਾ। ਬੜੀ ਕਿਊਰੀਓਸਿਟੀ ਹੈਗੀ ਸੀ ਲੋਕਾਂ ਦੇ ਵਿੱਚ ਵੀ ਆਪਾਂ ਨੂੰ ਲੱਗਦਾ ਸੀ ਸ਼ਾਇਦ ਵੀ ਪੰਜਾਬ ਹੋਏਗਾ, ਉਹਦੇ ਵਿੱਚ ਹਰਿਆਣਾ ਵੀ ਹੋਏਗਾ, ਹਿਮਾਚਲ ਹੋਏਗਾ, ਪਰ ਉਹ ਮੈਪ ਦੇਖ ਕੇ ਬੜੀਆਂ ਕਾਫੀ ਕਨਫਿਊਜ਼ਨ ਕ੍ਰੀਏਟ ਹੋਈ ਹੈਗੀ ਆ। ਉਹ ਕਨਫਿਊਜ਼ਨ ਵਾਸਤੇ ਆਪਾਂ ਗੱਲ ਕਰਾਂਗੇ, ਆਪਾਂ ਕਿਸ ਮੈਪ ਦੀ ਗੱਲ ਕਰਦੇ ਹੈਗੇ, ਕਿਹਨਾਂ ਦੀ ਗੱਲ ਕਰਦੇ ਹਾਂ। ਇੱਕ ਮਿੰਟ ਤੁਸੀਂ ਕਲਿੱਪ ਤੋਂ ਦੇਖੋ ਜੀ। ਦਿਸ ਇਜ਼ ਦੀ ਮੈਪ ਆਫ ਦ ਏਰੀਆ ਦੈਟ ਇਜ਼ ਮਾਰਕਡ ਫਾਰ ਦੀ ਸੈਸ਼ਨ ਫਰੋਮ ਇੰਡੀਆ ਥਰੂ ਖਾਲਿਸਤਾਨ ਰੈਫਰੈਂਡਮ। ਹਾਂਜੀ ਸੁਣ ਲਿਆ ਤੁਸੀਂ, ਜਿਹੜੇ ਭਾਈ ਸਾਹਿਬ ਪੰਨੂ ਨੇ ਦੱਸ ਦਿੱਤਾ ਹੈਗਾ ਵੀ ਇਹ ਸਾਡਾ ਮੈਪ ਹੋਏਗਾ, ਅਤੇ ਚਲੋ ਅੱਛੀ ਗੱਲ ਹੈ, ਕੋਈ ਗੱਲ ਨਹੀਂ, ਉਹਨਾਂ ਦਾ ਅਧਿਕਾਰ ਹੈਗਾ, ਉਹ ਮੈਪ ਦੀ ਗੱਲ ਕਰ ਸਕਦੇ ਹੈਗੇ ਨੇ ਕੋਈ ਵੀ ਬੰਦਾ। ਪਰ ਤੁਸੀਂ ਮੈਪ ਨੂੰ ਦੋਸਤੋ ਬੜਾ ਧਿਆਨ ਨਾਲ ਦੇਖੋ, ਇਹ ਮੈਪ ਤੋਂ ਇੱਕ ਚੀਜ਼ ਕਲੀਅਰ ਹੋ ਜਾਂਦੀ ਹੈਗੀ ਵੀ ਹੁਣ ਤੱਕ ਜਿਹੜੀ ਚੀਜ਼ ਦੀ ਆਪਾਂ ਨੂੰ ਬਹੁਤ ਲੋਕ ਇਹਨਾਂ ਦੇ ਉੱਤੇ ਵੈਸੇ ਜਾਣ ਬੁੱਝ ਕੇ ਜਾਂ ਸੋਚੇ ਸਮਝੇ ਜਾਂ ਅਸਲੀਅਤ ਹੈਗੀ ਹੈ ਵਿੱਚ ਆਈ ਡੋਂਟ ਨੋ ਕਿ ਕਹਿੰਦੇ ਸੀ ਵੀ ਇਹ ਜਿਹੜੇ ਇਹ ਲੋਕ ਕੁਛ ਹੈਗੇ ਨੇ ਇਹ ਪਾਕਿਸਤਾਨ ਦੇ ਇਸ਼ਾਰਿਆਂ 'ਤੇ ਕੰਮ ਕਰਦੇ ਹੈਗੇ ਨੇ। ਅਤੇ ਆ ਮੈਪ ਦੇਖਣ ਤੋਂ ਬਾਅਦ ਇੱਕ ਉਹ ਸਟੈਂਪ ਜੀ ਲੱਗ ਜਾਂਦੀ ਹੈਗੀ ਵੀ ਹਾਂ ਵਾਕਈ ਗੱਲ ਜਿਹੜੀ ਲੋਕ ਕਹਿੰਦੇ ਹੈਗੇ ਸੀ ਉਹਦੀ ਅਪਰੂਵਲ ਹੋ ਜਾਂਦੀ ਹੈਗੀ ਹੈ, ਕਿਉਂਕਿ ਮੈਪ ਦੇਖਣ ਤੋਂ ਬਾਅਦ ਤੁਹਾਨੂੰ ਖੁਦ ਨੂੰ ਯਕੀਨ ਹੋਏਗਾ ਵੀ ਇਹ ਮੈਪ ਜਿਹੜਾ ਹੈਗਾ ਇਹ ਇਹਨਾਂ ਦੀ ਕਾਰਡ ਨਹੀਂ ਹੈਗੀ, ਇਹ ਕਿਸੇ ਪਾਕਿਸਤਾਨ ਦੇ ਵਿੱਚ ਬੈਠੇ ਉਹ ਚਾਹੇ ਆਈ ਐੱਸ ਆਈ ਦੇ ਬੰਦੇ ਹੋਣ, ਚਾਹੇ ਉਹਨਾਂ ਦੀ ਆਰਮੀ ਹੈਗੀ ਹੈ, ਉਹਨਾਂ ਦੀ ਡੀਪ ਸਟੇਟ ਹੈਗੀ ਹੈ, ਕਿਸੇ ਸ਼ਰਾਰਤੀ ਬੰਦੇ ਦੀ ਇਹ ਕਾਰਡ ਹੈਗੀ ਹੈ, ਇਹ ਸ਼ਰਾਰਤੀ ਮਨ ਦੀ ਕਾਰਡ ਹੈਗੀ ਹੈ, ਕਿਉਂਕਿ ਉਹਦੇ ਵਿੱਚ ਕੋਈ ਵੀ ਹਿੱਸਾ ਜਿਹੜਾ ਹੈਗਾ ਉਹ ਪਾਕਿਸਤਾਨ ਦਾ ਹਿੱਸਾ ਬਿਲਕੁਲ ਨਹੀਂ ਉਹਨੇ ਦਿੱਤਾ ਹੈਗਾ। ਔਰ ਇੰਡੀਆ ਦੇ ਵਿੱਚ ਇੱਕ ਹਾਸੋਹੀਣੀ ਜਿਵੇਂ ਬੱਚਿਆਂ ਵਾਲੀ ਖੇਡ ਹੁੰਦੀ ਹੈਗੀ ਹੈ, ਇੱਦਾਂ ਦਾ ਇੱਕ ਮੈਪ ਤੁਹਾਡੇ ਅੱਗੇ ਰੱਖ ਦਿੱਤਾ ਹੈਗਾ ਜੀ। ਤੁਸੀਂ ਮੈਪ ਦੇ ਵਿੱਚ ਦੇਖ ਲਓ, ਪੰਜਾਬ ਵਿੱਚ ਹੀ ਹਰਿਆਣਾ, ਹਿਮਾਚਲ, ਯੂਪੀ ਦਾ ਕਾਫੀ ਹਿੱਸਾ ਆ ਗਿਆ ਹੈਗਾ, ਅਤੇ ਈਵਨ ਕਿ ਰਾਜਸਥਾਨ ਦਾ, ਅਤੇ ਰਾਜਸਥਾਨ ਦੇ ਵੀ ਵਿੱਚੋਂ ਕੁਛ ਛੋਟੇ ਛੋਟੇ ਜ਼ਿਲ੍ਹੇ ਹੈਗੇ ਨੇ ਉਹ ਵੀ ਐਡ ਕਰ ਦਿੱਤੇ ਹੈਗੇ ਇਹਦੇ ਵਿੱਚ। ਪਰ ਨਾਲ ਹੀ ਤੁਸੀਂ ਦੇਖੋ ਖੱਬੇ ਪਾਸੇ ਪਾਕਿਸਤਾਨ ਦੇ ਜਿਹੜਾ ਅਹਿਮ ਹਿੱਸਾ ਹੈਗਾ ਸੀ ਪੰਜਾਬ ਦਾ, ਜਿਹੜਾ ਆਪਾਂ ਖਾਲਸਾ ਰਾਜ ਦੀ ਗੱਲ ਕਰਦੇ ਹੈਗੇ ਹਾਂ ਜਾਂ ਮਹਾਰਾਜਾ ਰਣਜੀਤ ਸਿੰਘ ਦੀ ਉਹਨਾਂ ਦੇ ਰਾਜ ਦੀ ਗੱਲ ਕਰਦੇ ਹੈਗੇ ਹਾਂ, ਉਹਦੀ ਰਾਜਧਾਨੀ ਤਾਂ ਆਪਣੀ ਲਾਹੌਰ ਹੈਗਾ ਸੀਗਾ। ਈਵਨ ਕਿ ਬਾਕੀ ਵੀ ਜਿਹੜੇ ਪੰਜਾਬੀ ਇਲਾਕੇ ਹੈਗੇ ਸੀ, ਪੰਜਾਬੀ ਬੋਲਦੇ ਇਲਾਕੇ ਹੈਗੇ ਸੀ, ਸਿੱਖਾਂ ਦੀ ਜਿੱਥੇ ਪ੍ਰੋਮੀਨੈਂਟ ਡੋਮੀਨੇਸ਼ਨ ਹੁੰਦੀ ਹੈਗੀ ਸੀ, ਇਹ ਭਾਈ ਸਾਹਿਬ ਹੋਰਾਂ ਨੇ ਉਹਦੀ ਬਿਲਕੁਲ ਨਹੀਂ ਗੱਲ ਕਰੀ। ਕਿਉਂਕਿ ਕਿਉਂ ਨਹੀਂ ਗੱਲ ਕਰੀ ਹੈਗੀ ਇਹਦਾ ਤੁਸੀਂ ਆਪ ਸਮਝਦੇ ਹੈਗੇ ਹੋ, ਕਿਉਂਕਿ ਮਾਈ ਬਾਪ ਜਿਹੜੇ ਹੈਗੇ ਨੇ ਬੈਠੇ ਹੈਗੇ ਨੇ, ਉਹ ਕਦੇ ਵੀ ਇਹਨਾਂ ਨੂੰ ਖੰਗਣ ਨਹੀਂ ਦਿੰਦੇ ਹੈਗੇ, ਇਹ ਜਿੰਨੀਆਂ ਮਰਜ਼ੀ ਛਾਲਾਂ ਮਾਰੀ ਜਾਣ, ਜਿੱਥੇ ਮਰਜ਼ੀ ਜਾ ਕੇ ਰੌਲਾ ਪਾਈ ਜਾਣ, ਜਿੱਥੇ ਮਰਜ਼ੀ ਵਿਖਾਵੇ ਕਰੀ ਜਾਣ,
जिन्हें मर्जी उत्थे कौंसलेटां अंबेसियां दे सामने ये लोगों को गाल कढ़ी जाण, पर उन्हां दे सामने इन्हां दी कोई पेश नहीं चलती। और मैनू इस चीज़ दे उत्ते मैनू हासी भी आउंदी हैगी है और दुख भी आउंदा हैगा भी तुसीं देख लो मैप नूं ध्यान नाल देखो, पाकिस्तान का ईवन कि एक इंच भी इहदे विच नहीं हैगा इस मैप दे विच। और आपां दूजे पासे ये कह रहे हैं भी यह खालिस्तान का मैप हैगा जी, जे खालिस्तान का मैप तुसीं बनाउणा है एटलीस्ट कि ननकाणा साहब हैगा, करतारपुर साहब हैगा, पंजा साहब हैगा, ये जिहड़ियां साडियां अहम जगह हैगियां सीगियां सिक्खी दे नाल जुड़ियां होईयां हैगियां ने साडियां, उहनूं तां एटलीस्ट सवेरे शामी आपां अरदासां करदे हैगे हां। ਉਹ ਜਿਹੜਾ ਇਲਾਕਾ ਹੈਗਾ ਸੀ ਉਹ ਤਾਂ ਖਾਲਿਸਤਾਨ ਦਾ ਹਿੱਸਾ ਹੋਣਾ ਚਾਹੀਦਾ ਹੈਗਾ ਸੀਗਾ। ਅਤੇ ਨੋਟ ਓਨਲੀ ਇਹ ਕਿ ਦੂਜੀ ਗੱਲ ਇਹਦੇ ਵਿੱਚ ਇਹ ਇੱਥੋਂ ਸ਼ਰਾਰਤ ਪਾਕਿਸਤਾਨ ਦੀ ਪਤਾ ਚੱਲਦੀ ਹੈ ਵੀ ਈਵਨ ਕਿ ਕਸ਼ਮੀਰ ਦਾ ਔਰ ਨਾਲ ਤਿੱਬਤ ਦਾ ਉਹਦੇ ਵਿੱਚੋਂ ਚਾਈਨਾ ਦੀ ਵੀ ਲੱਗਦੀ ਹੈਗੀ ਹੈ ਅਤੇ ਕਸ਼ਮੀਰ ਨੂੰ ਬਿਲਕੁਲ ਟੱਚ ਨਹੀਂ ਕਰਿਆ ਹੈਗਾ ਅਤੇ ਬਾਕੀ ਇੰਡੀਆ ਤੋਂ ਜਿੰਨੀ ਵੀ ਉਹਨਾਂ ਨੂੰ ਇਹਨਾਂ ਨੂੰ ਦਿਲ ਕਰਿਆ ਹੈਗਾ ਬੈਠਾ ਖਾਧੀ ਪੀਤੀ ਦੇ ਵਿੱਚ ਦੋ ਚਾਰ ਲਾਈਨਾਂ ਜੀ ਉਹ ਰਾਪਰਾਂ ਮਾਰ ਦਿੱਤੀਆਂ ਹੈਗੀਆਂ ਵੀ ਚਲੋ ਜੀ ਖਾਲਸਾ ਜੀ ਹੁਣ ਤੁਸੀਂ ਆਹ ਤੁਹਾਡਾ ਮੈਪ ਹੈਗਾ ਅਤੇ ਤੁਸੀਂ ਆਪਾਂ ਖਾਲਿਸਤਾਨ ਬਣਾਉਣਾ ਹੈਗਾ। और दोबारा तुसी मैप नूं ध्यान नाल देख लो, आ साडा मैप हैगा जिहड़ा फ्यूचर दे विच दिल्ली दीआं बिल्कुल ऐन जा के बॉर्डर दे उत्ते लगे होवांगे हैगे। पर इहदे विचों दो तीन चीज़ां मैनूं होर अचानी मैनूं हैरानी हुई हैगी कि पन्नू साहब अपनी टीम नूं जिहड़ी तुहाडी इह लीगल टीम हैगी है जां जो भी इह मैप जिहड़ी तैयार करदी हैगी डिवीज़न, उहनां नूं कहिणा हैगा सी दिल्ली दे तां बिल्कुल नाल लागे हैगे, ਤਾਜ ਮਹਿਲ ਨੂੰ ਆਪਾਂ ਕਿਉਂ ਬਖਸ਼ ਰਹੇ ਹੈਗੇ ਹਾਂ, ਤਾਜ ਮਹਿਲ ਨੂੰ ਵੀ ਆਪਾਂ ਵਿੱਚ ਹੀ ਇਹਦੇ ਵਿੱਚ ਐਡ ਕਰ ਲੈਂਦੇ ਹੈਗੇ, ਨੇੜੇ ਤਾਂ ਪਹੁੰਚੇ ਸੀਗੇ। ਅਤੇ ਬਾਕੀ ਜੇ ਆਪਾਂ ਜੈਪੁਰ ਜੋਧਪੁਰ ਉੱਧਰ ਚਲੇ ਗਏ ਹੈਗੇ, ਅਜਮੇਰ ਸ਼ਰੀਫ ਨੂੰ ਆਪਾਂ ਕਿਉਂ ਕਰ ਰਹੇ ਹੈਗੇ ਹਾਂ, ਕਿਉਂਕਿ ਫਿਰ ਲੋਕਾਂ ਨੂੰ ਵੀ ਅੰਦਰੋਂ ਪਾਕਿਸਤਾਨ ਤੋਂ ਵੀ ਆਪਣੇ ਭਾਈਚਾਰੇ ਨੇ ਸਾਰਿਆਂ ਨੇ ਆਉਣਾ ਹੈਗਾ, ਉਹ ਜਦੋਂ ਆਇਆ ਕਰਨਗੇ ਖਾਲਿਸਤਾਨ ਦੇ ਵਿੱਚ ਉਹਨਾਂ ਨੂੰ ਤਾਂ ਫਿਰ ਇੰਡੀਆ ਦੇ ਨਾਲ ਪੰਗਾ ਲੈਣਾ ਪਊਗਾ, ਵੀਜ਼ਾ ਲੈਣਾ ਪਊਗਾ ਹੈਗਾ। ਆਈ ਥਿੰਕ ਉਹ ਥੋੜ੍ਹੀ ਇਹਦੇ ਵਿੱਚ ਦੁਬਾਰਾ ਤੁਹਾਨੂੰ ਰਹਿ ਕਰਨੀ ਚਾਹੀਦੀ ਹੈਗੀ ਹੈ ਵੀ ਇਹ ਮੈਪ ਜਿਹੜਾ ਹੈਗਾ ਮੈਨੂੰ ਲੱਗਦਾ ਨਹੀਂ ਹੈਗਾ, ਜਚਿਆ ਨਹੀਂ ਹੈਗਾ। ਅਤੇ ਬਾਕੀ ਹਿਸਟੋਰੀਕਲ ਪਰਪਜ਼ ਦੇ ਲਈ ਤੁਸੀਂ ਦੇਖ ਲਓ, ਆਹ ਸਾਡਾ ਜਿਹੜਾ ਹੈਗਾ ਸੀਗਾ ਪੰਜਾਬ ਦਾ ਮੈਪ ਹੁੰਦਾ ਹੈਗਾ ਸੀ 1809 ਦੇ ਵਿੱਚ, ਅਤੇ ਜਿਹੜਾ ਖਾਲਿਸਤਾਨ ਦਾ ਹੈਗਾ ਸੀ ਜਾਂ ਤੁਸੀਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਸਿੱਖ ਅੰਪਾਇਰ ਹੈਗਾ ਸੀ ਉਹਦਾ ਮੈਪ ਇਹ ਹੈਗਾ ਸੀਗਾ। ਇਸ ਮੈਪ ਨੂੰ ਤੁਸੀਂ ਧਿਆਨ ਨਾਲ ਦੇਖ ਲਓ ਉਹ ਸਾਡਾ ਕਿਹੜਾ ਖਿੱਤਾ ਹੁੰਦਾ ਹੈਗਾ ਸੀਗਾ, ਅਤੇ ਜਿਹੜੀ ਇਹ ਜਨਤਾ ਹੈਗੀ ਹੈ ਪੰਨੂ ਸਾਹਿਬ ਵਾਲੀ ਜਿਹੜੀ ਹੈਗੀ ਸਿੱਖਸ ਫੋਰ ਜਸਟਿਸ ਵਾਲੀ ਜਿਹੜੀ ਖਾਲਿਸਤਾਨ ਦੀ ਗੱਲ ਕਰਦੇ ਹੈਗੇ ਨੇ, ਇਹਨਾਂ ਨੇ ਹੋਰ ਹੀ ਪਤਾ ਨਹੀਂ ਖਾਧੀ ਪੀਤੀ ਦੇ ਵਿੱਚ ਕਿੱਥੋਂ ਲਿਆ ਕੇ ਲੋਕਾਂ ਦੇ ਅੱਗੇ ਮੈਪ ਉਹ ਕਰ ਦਿੱਤਾ ਵੀ ਹਾਂ ਚਲੋ ਜੀ ਹੁਣ ਤੁਸੀਂ ਲਾਓ ਨਾਰੇ, ਇਹ ਆਪਣਾ ਮੈਪ ਹੈਗਾ ਅਤੇ ਸਿੰਘੋ ਤਿਆਰ ਹੋ ਜਾਓ, ਆਪਾਂ ਇਹ ਖਾਲਿਸਤਾਨ ਲੈਣਾ ਹੈਗਾ ਅਤੇ ਅਸੀਂ ਉੱਥੇ ਵੋਟਾਂ ਬਣਾ ਰਹੇ ਹੈਗੇ ਹਾਂ। ਲੰਡਨ ਦੇ ਵਿੱਚ ਇਹਨਾਂ ਦੀ ਟੀਮ ਪਹੁੰਚ ਗਈ ਹੈਗੀ ਹੈ ਅਤੇ ਉੱਥੇ ਜਾ ਕੇ ਵੋਟਾਂ ਬਣਾ ਕੇ ਇਹਨਾਂ ਨੇ ਆਪਾਂ ਨੂੰ ਸਿੱਖ ਕੌਮ ਦੇ ਉੱਤੇ ਬਹੁਤ ਵੱਡਾ ਅਹਿਸਾਨ ਕਰਨਾ ਹੈਗਾ ਪੰਨੂ ਸਾਹਿਬ ਔਰ ਇਹਨਾਂ ਦੀ ਜਿਹੜੀ ਟੀਮ ਹੈਗੀ ਹੈ ਇਹਨਾਂ ਨੇ ਖਾਲਿਸਤਾਨ ਲੈ ਕੇ ਦੇਣਾ ਹੈਗਾ। ਅਤੇ ਇਹਦੇ ਨਾਲ ਇੱਕ ਜਿਹੜੀ ਬੜੀ ਹੋਰ ਵੀ ਹੈਰਾਨੀ ਦੀ ਗੱਲ ਹੁੰਦੀ ਹੈਗੀ ਹੈ, ਕਿਉਂਕਿ ਪਹਿਲਾਂ ਮੈਨੂੰ ਮੈਂ ਕਾਫੀ ਸੀਰੀਅਸਲੀ ਲੈ ਜਾਂਦਾ ਹੁੰਦਾ ਹੈਗਾ ਸੀ ਵੀ ਸ਼ਾਇਦ ਐਂ ਨਹੀਂ ਵਾਹ ਨਹੀਂ ਇੱਦਾਂ ਨਹੀਂ ਹੋਊਗਾ ਇੱਦਾਂ ਨਹੀਂ ਹੋਣਾ ਚਾਹੀਦਾ ਹੈਗਾ। ਇਹ ਮਾਈ ਦੇ ਲਾਲ ਝੂਠ ਬੋਲਣ ਨੂੰ, ਚਲਾਕੀ ਕਰਨ ਨੂੰ, ਛੁੱਤਰੀਆਂ ਛੱਡਣ ਨੂੰ ਇਹ ਇਹਨਾਂ ਨੇ ਹਰ ਇੱਕ ਬੰਦੇ ਨੂੰ ਮਾਤ ਪਾ ਦਿੱਤਾ ਹੈਗਾ। ਹੁਣ ਇੱਕ ਤੁਸੀਂ ਅਗਲਾ ਮੈਂ ਤੁਹਾਨੂੰ ਇੱਕ ਇਮੇਜ ਦਿਖਾਉਣਾ ਹੈਗਾ ਜੀ, ਇਹਦੇ ਵਿੱਚ ਕੀ ਹੈਗਾ ਵੀ ਖਾਲਿਸਤਾਨ ਰੈਫਰੈਂਡਮ ਦੀਆਂ ਜਿਹੜੀਆਂ ਅਕਤੂਬਰ 20-31 ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਕੁਈਨ ਅਲਿਜ਼ਾਬੈਥ ਸੈਂਟਰ ਦੇ ਵਿੱਚ, ਉੱਥੇ ਲੰਡਨ ਔਰ ਉੱਥੋਂ ਦੇ ਆਲੇ ਦੁਆਲੇ ਦੇ ਜਿੰਨੇ ਗੁਰਦੁਆਰਾ ਸਾਹਿਬ ਹੈਗੇ ਸੀਗੇ ਉਹਨਾਂ ਦੇ ਸਾਰਿਆਂ ਦੇ ਫੋਨ ਨੰਬਰ ਦੇ ਦਿੱਤੇ ਹੈਗੇ ਵੀ ਇਸ ਗੁਰਦੁਆਰਾ ਸਾਹਿਬ ਦਾ ਆਹ ਨੰਬਰ ਹੈਗਾ, ਇੱਥੋਂ ਬੱਸਾਂ ਆਉਣਗੀਆਂ ਹੈਗੀਆਂ, ਬੱਸਾਂ ਆ ਕੇ ਇੱਥੋਂ ਇਸ ਜਗ੍ਹਾ ਦੇ ਉੱਤੇ 31 ਅਕਤੂਬਰ ਨੂੰ ਸੰਡੇ ਨੂੰ 9 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਇੱਥੇ ਵੋਟਾਂ ਬਣਨਗੀਆਂ ਹੈਗੀਆਂ ਦਿਸ ਇਨ ਦੈਟ। ਹੁਣ ਜਿਹੜਾ ਵੀ ਬੰਦਾ ਇਹ ਜਿਹੜਾ ਇੱਦਾਂ ਦੇ ਪੋਸਟਰ ਹੈਗੇ ਨੇ ਇਹਨਾਂ ਨੇ ਬਹੁਤ ਜਗ੍ਹਾ 'ਤੇ ਵੰਡ ਰਹੇ ਹੈਗੇ ਨੇ ਬਾਹਰਲੀ ਦੁਨੀਆਂ ਦੇ ਵਿੱਚ, ਜਿਹੜਾ ਬੰਦਾ ਅਣਜਾਣ ਹੁੰਦਾ ਕੋਈ ਸਟੂਡੈਂਟ ਹੈਗਾ ਜਿਹਨੂੰ ਨਹੀਂ ਪਤਾ ਹੈਗਾ ਉਹ ਸੋਚਦਾ ਵੀ ਦੇਖੋ ਜੀ ਕਮਾਲ ਹੈ ਇੰਨੇ ਗੁਰਦੁਆਰਾ ਸਾਹਿਬ ਪਾਰਟੀਸਪੇਟ ਕਰ ਰਹੇ ਹੈਗੇ ਨੇ, ਪਰ ਅਸਲੀਅਤ ਇਹ ਹੈਗੀ ਹੈ ਇਹਨਾਂ ਨੂੰ ਲੰਡਨ ਦਾ ਕੀ ਯੂਕੇ ਦਾ ਕੋਈ ਵੀ ਗੁਰਦੁਆਰਾ ਮੂੰਹ ਨਹੀਂ ਲਾ ਰਿਹਾ ਹੈਗਾ। ਇਹ ਮੈਂ ਦੁਬਾਰਾ ਫਿਰ ਰਿਪੀਟ ਕਰ ਦਿੰਦਾ ਹੈਗਾ, ਕੋਈ ਵੀ ਗੁਰਦੁਆਰਾ ਸਾਹਿਬ ਦੀ ਇਹਨਾਂ ਨੂੰ ਕੋਈ ਸਪੋਰਟ ਨਹੀਂ ਹੈਗੀ, ਕੋਈ ਇਹਨਾਂ ਦੇ ਨਾਲ ਨਹੀਂ ਖੜ ਰਿਹਾ ਹੈਗਾ। ਵਿਚਾਰਿਆਂ ਦੀ ਹਾਲਤ ਜਿਹੜੀ ਹੈਗੀ ਹੈ ਕਾਫੀ ਖਸਤਾ ਹੈਗੀ ਹੈ, ਮੈਨੂੰ ਕਈ ਵਾਰੀ ਦੁੱਖ ਵੀ ਆਉਂਦਾ ਹੈਗਾ ਵੀ ਵਿਚਾਰੇ ਉੱਥੇ ਗਏ ਹੈਗੇ ਸੀ ਲੰਡਨ ਦੇ ਵਿੱਚ, ਕਿਉਂਕਿ ਅਮੈਰੀਕਾ ਦੇ ਵਿੱਚ ਇਹਨਾਂ ਦੀਆਂ 927 ਵੋਟਾਂ ਬਣੀਆਂ ਹੈਗੀਆਂ ਸੀਗੀਆਂ, ਜਿਨ੍ਹਾਂ ਦੀ ਕਿ ਮੈਨੂੰ ਬਹੁਤ ਅੱਛੀ ਤਰ੍ਹਾਂ ਯਕੀਨ ਹੈਗਾ ਉਹ 927 ਤੋਂ ਉੱਪਰ ਨਹੀਂ ਗਈਆਂ ਹੈਗੀਆਂ, ਜੇ ਗਈਆਂ ਹੋਣਗੀਆਂ ਸ਼ਾਇਦ ਥੋੜ੍ਹੀਆਂ ਮੋਟੀਆਂ ਗਈਆਂ ਹੋਣਗੀਆਂ, ਪਰ ਇਹ ਦੱਸਦੇ ਨਹੀਂ ਹੈਗੇ, ਇਸੇ ਕਰਕੇ ਹੁਣ ਉੱਥੇ ਬਣਾ ਰਹੇ ਹੈਗੇ ਨੇ। ਪਰ ਜਿਹੜੇ ਗੁਰਦੁਆਰਾ ਸਾਹਿਬ ਦੀ ਇਹ ਕਹਿੰਦੇ ਹੈਗੇ ਨੇ ਵੀ ਇੱਥੋਂ ਬੱਸਾਂ ਚੱਲਣਗੀਆਂ ਹੈਗੀਆਂ, ਉਹਨਾਂ ਦਾ ਨੰਬਰ ਦੇ ਦਿੱਤਾ ਹੈਗਾ
ਇਹ ਮੈਪ ਦੇ ਉੱਤੇ ਤੁਸੀਂ ਸਾਰੇ ਦੇਖ ਸਕਦੇ ਹੈਗੇ ਹੋ, ਉਹਦੇ ਉੱਤੇ ਫੋਨ ਨੰਬਰ ਹੈਗੇ ਨੇ। ਮੈਂ ਸਾਰੀ ਜਨਤਾ ਨੂੰ, ਪਬਲਿਕ ਨੂੰ ਰਿਕੁਐਸਟ ਕਰੂੰਗਾ ਵੀ ਇਸ ਫੋਨ ਨੰਬਰ 'ਤੇ ਤੁਸੀਂ ਆਹ ਫੋਨ ਕਰਕੇ ਤੁਸੀਂ ਉਹਨਾਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ, ਉਹਨਾਂ ਦੀ ਕਮੇਟੀ ਨੂੰ ਪੁੱਛੋ ਵੀ ਕੀ ਤੁਸੀਂ ਇਹ ਜਿਹੜਾ ਖਾਲਿਸਤਾਨ ਦਾ ਇਹਨਾਂ ਨੇ ਆ ਡੰਡੀ ਡੋਰਾ ਜਾਂ ਜਿਹੜੀ ਦੁਕਾਨਦਾਰੀ ਚਲਾਈ ਹੋਈ ਹੈਗੀ ਹੈ 2020 ਵਾਲੇ ਨੇ ਹੈਗੇ, ਵੀ ਕੀ ਤੁਸੀਂ ਬਾਕੀ ਇਹਦੇ ਵਿੱਚ ਭਾਗੀਦਾਰ ਹੈਗੇ ਹੋ, ਤੁਸੀਂ ਇਸ ਨੂੰ ਸਪੋਰਟ ਕਰਦੇ ਹੈਗੇ ਹੋ, ਤੁਸੀਂ ਇਹਨਾਂ ਦੇ ਕੋਈ ਵੋਟਾਂ ਦਾ ਜਿਹੜਾ ਕੋਈ ਜੋ ਵੀ ਇਹ ਕਰਤੂਤਾਂ ਜਿਹੜੀਆਂ ਇਹਨਾਂ ਦੇ ਹੈਗੀਆਂ ਨੇ ਉਹਦੇ ਵਿੱਚ ਪਾਰਟੀਸਪੇਟ ਕਰਨ ਜਾ ਰਹੇ ਹੋ ਜਾਂ ਨਹੀਂ ਕਰਨ ਜਾ ਰਹੇ ਹੈਗੇ ਹੋ, ਐਂਡ ਯੂ ਵਿਲ ਬੀ ਸ਼ੌਕਡ ਕਿ ਕਿਸੇ ਬੰਦੇ ਨੇ ਹਾਨੀ ਕਰਨੀ ਹੈਗੀ ਔਰ ਕੋਈ ਬੰਦਾ ਉੱਥੋਂ ਵੋਟ ਨਹੀਂ ਬਣਾ ਰਿਹਾ ਹੈਗਾ। ਔਰ ਤੁਸੀਂ ਬਾਕੀ ਗੱਲਾਂ ਛੱਡੋ, ਮੈਂ ਪੰਨੂ ਸਾਹਿਬ ਤੁਸੀਂ ਵੀ ਸੁਣਦੇ ਹੋਵੋਗੇ, ਤੁਹਾਡੀ ਜੁੰਡਲੀ ਵੀ ਮੇਰੀਆਂ ਬੀਟੀ ਹੈਗੀਆਂ ਨੇ ਬੜੇ ਧਿਆਨ ਨਾਲ ਸੁਣਦੀ ਹੈਗੀ ਆ, ਬੜੇ ਪਿਆਰੇ ਪਿਆਰੇ ਕਮੈਂਟ ਵੀ ਫਿਰ ਉਹਨਾਂ ਭਰਾਂ ਤੋਂ ਕਰਵਾਉਂਦੇ ਹੈਗੇ ਹੋ, ਉਹਨਾਂ ਵਿੱਚੋਂ ਕਾਫੀ ਕਮੈਂਟ ਜਿਹੜੇ ਹੁੰਦੇ ਨੇ ਵਾਇਦੇ ਵੀ ਮੇਰੀ ਵੀਡੀਓ ਤੋਂ ਪਾਕਿਸਤਾਨ ਤੋਂ ਆਉਂਦੇ ਹੈਗੇ ਨੇ, ਜਿਹੜੇ ਪਿਆਰ ਨਾਲ ਬੜੇ ਬੜੇ ਸੋਹਣੇ ਸੋਹਣੇ ਮੈਸੇਜ ਲਿਖੇ ਹੁੰਦੇ ਹੈਗੇ ਨੇ। ਪਰ ਇਹ ਵੀਡੀਓ ਸੁਣਨ ਤੋਂ ਬਾਅਦ ਇੱਕ ਮੈਂ ਤੁਹਾਨੂੰ ਇੱਕ ਚੈਲੰਜ ਕਰਦਾ ਹੈਗਾ, ਮੋਸਟਲੀ ਮੈਂ ਮੇਰੀ ਆਦਤ ਨਹੀਂ ਹੈਗੀ ਚੈਲੰਜ ਕਰਨ ਦੀ ਹੈਗੀ ਔਰ ਨਾ ਹੀ ਮੇਰੀ ਕੋਈ ਔਕਾਤ ਹੈਗੀ ਹੈ। ਜਿੰਨੇ ਗੁਰਦੁਆਰਾ ਸਾਹਿਬ ਹੈਗੇ ਨੇ UK ਦੇ ਵਿੱਚ, ਬਾਕੀ ਛੱਡ ਦਿਓ ਤੁਸੀਂ ਲੰਡਨ ਦੇ ਆਲੇ ਦੁਆਲੇ, ਜਿਹੜੇ ਕਿ ਇਹ ਪੋਸਟਰ ਦੇ ਉੱਤੇ ਤੁਸੀਂ ਮੈਂਸ਼ਨ ਕਰੇ ਹੋਏ ਨੇ, ਜਿਨ੍ਹਾਂ ਦਾ ਫੋਨ ਨੰਬਰ ਦਿੱਤਾ ਹੋਇਆ ਹੈਗਾ ਵੀ ਇੱਥੋਂ ਬਸਾਉਣ ਦੀ ਹੈਗੀ ਆ, ਮੈਂ ਤੁਹਾਨੂੰ ਸੁੱਖੀ ਚਹਿਲ $1,00,000 $1,00,000 ਦੇਊਂਗਾ ਜੇਕਰ ਤੁਸੀਂ ਉਹਨਾਂ ਗੁਰਦੁਆਰਿਆਂ ਦੀ ਮੈਨੇਜਮੈਂਟ ਕਮੇਟੀ ਐਂਡ ਜਿਹੜਾ ਪ੍ਰੈਜੀਡੈਂਟ ਹੋਏਗਾ ਸਿਰਫ ਉਹਨਾਂ ਦੀ, ਉਹਨਾਂ ਲੋਕਾਂ ਦੀਆਂ ਅਤੇ ਉਹਨਾਂ ਦੇ ਪਰਿਵਾਰ ਦੀਆਂ ਵੋਟਾਂ ਬਣਾ ਦਿਓ, ਬਾਕੀ ਛੱਡ ਦਿਓ, ਸਾਰਾ ਕੁਛ ਛੱਡ ਦਿਓ ਹੈਗਾ। ਤੁਹਾਡੀ ਜਿਹੜੀ ਸਭ ਤੋਂ ਵੱਡਾ ਜਿਹੜਾ ਤੁਹਾਡੇ ਇਹ ਹੈਗਾ ਨਾ ਵੀ ਤੁਸੀਂ ਕਹੂਆ ਛੱਡ ਦਿੱਤਾ, ਛੁੱਤਰੀ ਛੱਡ ਦਿੱਤੀ, ਉਹਨੂੰ ਮਿਲੀਅਨ ਦੇ ਦੂੰਗਾ, ਫਲਾਨਾ ਉਹ ਕਰ ਦੂੰਗਾ ਹੈਗਾ, ਨਾ ਅਜੇ ਤੱਕ ਪੰਜੀ ਦਿੱਤੀ ਹੈ ਔਰ ਨਾ ਹੀ ਕਿਸੇ ਨੂੰ ਦੇਣੀ ਹੈਗੀ ਹੈ, ਤੁਸੀਂ ਸਿਰਫ ਚਾਦਰਾਂ ਵਿਛਾ ਕੇ ਤੁਸੀਂ ਇਸ ਚੀਜ਼ ਨੂੰ ਐਕਸਪੋਜ਼ ਕਰਿਆ ਹੈਗਾ, ਲੋਕਾਂ ਦੇ ਜਵਾਕਾਂ ਨੂੰ ਭੜਕਾਇਆ ਹੈਗਾ, ਲੋਕਾਂ ਦੇ ਜਵਾਕਾਂ ਨੂੰ ਭੜਕਾਇਆ ਹੈਗਾ, ਆਪਣੀਆਂ ਦੁਕਾਨਦਾਰੀਆਂ ਚਲਾਈਆਂ ਹੈਗੀਆਂ ਨੇ, ਫਿੱਟੇ ਲਾਨਤ ਤਾਂ ਤੁਸੀਂ ਬਹੁਤ ਦਿੱਤੀ ਹੈਗੀ ਹੈ ਵੀ ਆਹ ਵੀ ਇੱਕ ਹੋਰ ਫਿੱਟੇ ਲਾਨਤ ਸਿੱਖ ਕੌਮ ਦੇ ਉੱਤੇ ਸਿਰ ਤੁਸੀਂ ਹੋਰ ਮੜੀ ਜਾ ਰਹੇ ਹੈਗੇ ਹੋ, ਇਹੋ ਜਿਹੇ ਨਵੀਂ ਤੋਂ ਨਵੀਂ ਛੁੱਤਰੀ ਛੱਡ ਕੇ ਜੀ ਮੈਪ ਬਣ ਰਿਹਾ ਹੈਗਾ, ਜੀ ਮੈਪ ਆ ਗਿਆ ਖਾਲਿਸਤਾਨ ਦਾ ਮੈਪ ਆ ਗਿਆ, ਮੈਪ ਦੇਖ ਕੇ ਹੱਸੀ ਆਉਂਦੀ ਹੈਗੀ, ਕੋਈ ਕਿਸੇ ਬਾਹਰਲੇ ਬੰਦੇ ਨੂੰ ਦਿਖਾਉਂਗੇ ਹੈਗੇ, ਲੋਕਾਂ ਨੇ ਮਜ਼ਾਕ ਉਡਾਉਣਾ ਹੈਗਾ ਤੁਹਾਡਾ, ਥੋੜ੍ਹੀ ਜਿਹੀ ਅਕਲ ਨੂੰ ਹੱਥ ਮਾਰੋ, ਇਹ ਚੀਜ਼ਾਂ ਹੁੰਦੀਆਂ ਨੇ ਇਹ ਲੌਂਗ ਟਰਮ ਦੇ ਵਿੱਚ ਸਪੈਸ਼ਲੀ ਕੌਮ ਦੇ ਵਾਸਤੇ ਇਹ ਬੜੀਆਂ ਖਤਰਨਾਕ ਹੁੰਦੀਆਂ ਨੇ, ਹਾਨੀਕਾਰਕ ਹੁੰਦੀਆਂ ਹੈਗੀਆਂ ਨੇ। ਬਾਕੀ ਜਿਹੜੀ ਮੈਂ ਫਿਰ ਇੱਕ ਵਾਰੀ ਰਿਪੀਟ ਕਰ ਦਿੰਦਾ ਹੈਗਾ, $1,00,000 $1,00,000 ਨੋਟ ਕੈਨੇਡੀਅਨ ਡਾਲਰ $1,00,000 ਮੈਂ ਦੇਵਾਂਗਾ, ਐਜ ਲੌਂਗ ਐਜ ਜਿੰਨੇ ਪੋਸਟਰ ਦੇ ਉੱਤੇ ਨਾਮ ਹੈਗੇ ਨੇ ਗੁਰਦੁਆਰਾ ਸਾਹਿਬ ਦੀ, ਉਹਨਾਂ ਦੀ ਮੈਨੇਜਮੈਂਟ ਕਮੇਟੀ ਦੇ ਸਾਰੇ ਮੈਂਬਰਾਂ ਦੀਆਂ ਇਨਕਲੂਡਿੰਗ ਪ੍ਰੈਜੀਡੈਂਟ ਅਤੇ ਉਹਨਾਂ ਦੇ ਪਰਿਵਾਰ ਦੀਆਂ, ਉਹਨਾਂ ਦੀਆਂ ਤੁਸੀਂ ਵੋਟਾਂ ਖਾਲਿਸਤਾਨ ਦੇ ਹੱਕ ਦੇ ਵਿੱਚ ਬਣਾ ਦਿਓ ਔਰ ਉਹਨੂੰ ਪਬਲਿਕਲੀ ਡਿਸਪਲੇ ਕਰ ਦਿਓ ਵੀ ਹਾਂ, ਉਹਨੂੰ ਡਿਸਕਲੋਜ਼ ਕਰ ਦਿਓ ਹੈਗੋ, ਉੱਥੇ ਪਬਲਿਕਲੀ ਪਾ ਦਿਓ ਵੀ ਆਹ ਬੰਦਿਆਂ ਨੇ ਸਾਡੇ ਨਾਲ ਖੜੇ ਹੈਗੇ ਨੇ, ਇਹਨਾਂ ਨੇ ਵੋਟਾਂ ਬਣਾਈਆਂ ਹੈਗੀਆਂ, ਮੈਂ ਤੁਹਾਨੂੰ $1,00,000 ਸੁੱਖੀ ਚਹਿਲ ਵੱਲੋਂ ਦਿਊਂਗਾ, ਕਿਉਂਕਿ ਮੈਨੂੰ ਪਤਾ ਹੈ ਤੁਸੀਂ ਕੋਈ ਛੁੱਤਰੀ ਨਵੀਂ ਹੋਰ ਛੱਡ ਦੇਣੀ ਹੈਗੀ ਹੈ, ਹੱਥ ਪੱਲੇ ਕੁਛ ਹੈ ਨਹੀਂ ਗਾ, ਕਰਨਾ ਕਰਾਉਣਾ ਕੁਛ ਨਹੀਂ ਹੈਗਾ ਔਰ ਹਰ ਰੋਜ਼ ਨਵੀਂ ਤੋਂ ਨਵੀਂ ਕੋਈ ਨਾ ਕੋਈ ਕਰਤੂਤ ਤੁਸੀਂ ਕਰਦੇ ਹੈਗੇ ਹੋ। ਇਹ ਤੁਹਾਡੀਆਂ ਇਹਨਾਂ ਹਰਕਤਾਂ ਦੇ ਨਾਲ ਜਿਹੜੇ ਕੋਈ ਸਟੂਡੈਂਟ ਇੱਥੇ ਕੋਈ ਆਏ ਹੋਏ ਹੈਗੇ ਨੇ ਕੈਨੇਡਾ ਦੇ ਵਿੱਚ, ਅਮੈਰੀਕਾ ਦੇ ਵਿੱਚ, UK ਦੇ ਵਿੱਚ, ਜਾਂ ਜਿਹੜਾ ਕੋਈ ਅਣਜਾਣ ਬੰਦਾ ਹੈਗਾ ਤੁਹਾਡੀਆਂ ਗੱਲਾਂ ਦੇ ਵਿੱਚ ਆ ਕੇ ਤੁਹਾਡੇ ਨਾਲ ਖੜ ਕੇ ਇਸ ਚੀਜ਼ ਦੇ ਵਿੱਚ ਜਾ ਕੇ ਤੁਹਾਡੇ ਨਾਲ ਕਿਤੇ ਭਾਗੀਦਾਰ ਬਣੂਗਾ, ਤੁਹਾਡੇ ਨਾਲ ਕਿਤੇ ਖੜੂਗਾ, ਉਸ ਬੰਦੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਪ੍ਰੋਬਲਮ ਆ ਸਕਦੀਆਂ ਹੈਗੀਆਂ ਨੇ। ਲੋਕਾਂ ਦੀਆਂ ਜ਼ਿੰਦਗੀਆਂ ਨਾ ਖਰਾਬ ਕਰੋ, ਤੁਹਾਡੀ ਜਿਹੜੀ ਦੁਕਾਨਦਾਰੀ ਹੈਗੀ ਹੈ ਉਹ ਬਹੁਤ ਦੇਰ ਚੱਲੀ ਹੈਗੀ ਹੈ, ਇਹਨੂੰ ਦੁਕਾਨਦਾਰੀ ਨੂੰ ਕੋਈ ਹੋਰ ਕੁਛ ਕਰ ਲਓ ਹੈਗੋ, ਪਰ ਲੋਕਾਂ ਦੇ ਜਿਹੜੇ ਮਾਵਾਂ ਦੇ ਪੁੱਤ ਹੈਗੇ ਨੇ ਉਹਨਾਂ ਨੂੰ ਨਾ ਮਰਵਾਓ, ਉਹਨਾਂ ਨੂੰ ਨਾ ਭੜਕਾਓ। ਪੰਨੂ ਸਾਹਿਬ ਤੁਹਾਡੇ ਕਹਿਣ 'ਤੇ ਇੱਕ ਮੋਗੇ ਦੇ ਜਿਹੜੇ ਉੱਥੇ ਝੰਡੀ ਚੜ੍ਹਾਈ ਹੈਗੀ ਸੀ ਉਹ ਵੀ ਵਿਚਾਰੇ ਨਾਭੇ ਦੀ ਜੇਲ੍ਹ 'ਚ ਬੈਠੇ ਹੈਗੇ ਨੇ, ਆ ਇੱਕ ਪਿੱਛੇ ਹੁਣ ਲੁਧਿਆਣੇ 'ਤੇ ਆਪਣੇ ਖਰੜਕੋਟ ਦੇ ਮੁੰਡੇ ਹੈਗੇ ਸੀ ਜਿਹੜੇ ਖਾਲਿਸਤਾਨ ਦੇ ਨਾਅਰੇ ਲਾਉਂਦੇ ਫਿਰਦੇ ਸੀ, ਜਿਨ੍ਹਾਂ ਨੂੰ ਪ੍ਰਿੰਟਿੰਗ ਪ੍ਰੈਸ ਫੜੀ ਹੈਗੀ ਹੈ ਜਿਨ੍ਹਾਂ ਦੇ ਕੋਲੋਂ, ਉਹ ਵੀ ਜੇਲ੍ਹਾਂ 'ਚ ਹੈਗੇ ਨੇ ਔਰ ਹੋਰ ਪਤਾ ਨਹੀਂ ਕਿਹਦੇ ਕਿਹਦੇ ਕਿਹੜੇ ਕਿਹੜੇ ਜਾਈ ਜਾਂਦੇ ਨੇ, ਤੁਸੀਂ ਤਾਂ ਤੁਹਾਡਾ ਉੱਥੇ ਕੋਈ ਪਤਾ ਨਹੀਂ ਚੱਲਦਾ ਹੈਗਾ, ਕਿਹਦੇ ਕਰਕੇ ਤੁਹਾਡੀਆਂ ਕਰਤੂਤਾਂ ਕਰਕੇ। ਆ ਤੁਸੀਂ ਨਵੀਂ ਛੁੱਤਰੀ ਛੱਡ ਦਿੱਤੀ, ਹਾਂਜੀ ਹਾਂ, ਹੁਣ ਪੰਨੂ ਸਾਹਿਬ ਇੱਥੇ ਅਮਰੀਕਾ ਦੇ ਵਿੱਚ ਤੁਹਾਡੀ ਜਦੋਂ ਸਾਰਾ ਕੁਛ ਹੋ ਗਿਆ, 927 ਵੋਟਾਂ ਤੋਂ ਉੱਪਰ ਜਾ ਨਹੀਂ ਰਹੀ ਹੈਗੀ, ਤੇ ਚਲੋ ਠੀਕ ਹੈ ਜੀ, ਕੈਨੇਡਾ ਵਾਲਿਆਂ ਨੇ ਵੀ ਕੋਈ ਹੱਥ ਪੱਲਾ ਨਹੀਂ ਫੜਾਇਆ ਹੈਗਾ, ਹੁਣ ਜਾ ਕੇ ਜੋ ਉੱਥੇ UK ਦੇ ਵਿੱਚ ਤੰਬੂ ਗੜ ਦਿੱਤੇ ਹੈਗੇ, ਕੱਲ੍ਹ ਨੂੰ ਜਾਏ ਤੁਸੀਂ ਅਫਰੀਕਾ ਦੇ ਵਿੱਚ ਕਰੋ ਹੈਗੋ, ਫਿਰ ਜਾਓ ਤੁਸੀਂ ਇੱਕ ਚਾਈਨਾ ਦੇ ਵਿੱਚ, ਤੁਸੀਂ ਛੁੱਤਰੀ ਛੱਡੀ ਹੈਗੀ ਸੀ ਮੈਂ ਚਾਈਨਾ ਜਾਊਂਗਾ ਹੈਗਾ ਜੁਲਾਈ ਦੇ ਵਿੱਚ ਫਲਾਨੀ ਜੀ ਪਿਛਲੀ ਜੁਲਾਈ ਦੇ ਵਿੱਚ, ਤੁਸੀਂ ਕਿੱਥੇ ਜਾਣਾ ਹੈਗਾ, ਝੂਠ ਤੇ ਝੂਠ ਝੂਠ ਹਮੇਸ਼ਾ, ਤੁਹਾਡਾ ਜਿਹੜਾ ਝੂਠ ਹੈਗਾ ਹੁਣ ਜ਼ਿਆਦਾ ਐਕਸਪੋਜ਼ ਹੋ ਗਏ, ਕਾਫੀ ਜ਼ਿਆਦਾ ਐਕਸਪੋਜ਼ ਹੋ ਗਏ ਹੈਗੇ, ਇਹ ਗੱਲਾਂ ਪੰਨੂ ਸਾਹਿਬ ਅੱਛੀਆਂ ਨਹੀਂ ਲੱਗਦੀਆਂ ਹੈਗੀਆਂ। ਮੈਂ ਤੁਹਾਡੇ ਅੱਗੇ ਹੱਥ ਬੰਨਦਾ ਹੈਗਾ ਵੀ ਆਹ ਜਿਹੜੀਆਂ ਸਿੱਖ ਕੌਮ ਦੇ ਲਈ
और अपनी आने वाली जनरेशन के लिए ये चीज़ा जी है ये चीज़ा नहीं तुम्हारी जी करतूत है ये ठीक नहीं है। दसा नहों की कमाई करो, लोग मेहनत करते हैं दसा नहों की कमाई करके कोई कौम के लिए कोई चज का काम करो, बजाए कि तुसी जेड़े कोई गुरद्वारा साहब के उत्ते कब्जा कर लेना है, किसी को टैरोराइज कर देना, किसी को डरा देना है, उत्ते वायलेंस दी गल्लां करनी है, गल्लां शोभा नहीं दिंदी है। अज आपां जिस दुनिया के विच रह रहे हैं, जिस माहौल के विच रह रहे हैं, हर एक गल बाहर जा रही हैगी है, उन्हों तुसी सप्रैस नहीं कर सकते हैगे। तुसी नैरेटिव सिखां दा इन्ना गलत डिवेलप कर रहे हो बाहर बाहरली दुनिया के विच, तो लोगों को कोई ज़्यादा टाइम नहीं लगेगा है भी सिखा की इमेज इदा की बन जाए है भी यह वायलेंट लोग है। हर एक गलते जो भी तुहाडी हुंदी हैगी है कोई ना कोई इदा की कोई पॉजिटिव गल नहीं हुंदी हैगी, उहदे विचों कोई ना कोई घटियापन नज़र आउंदा हुंदा हैगा। इहनूं प्लीज़ बख्शो और जिन्नी भी होर तुसी आ जिहड़े मैप बनाउणे हैगे ने कढ़ने हैगे ने जिन्ने कुछ मर्जी करी जाओ उहदा कोई इहो नहीं हुंदा हैगा, पर तुहाडी जिहड़ी इह मैप जिहड़े जिन्ने बनाया हैगा उह बनाउण वाले नूं थोड़ा जिहा पुछ लैंदे हैगे भी प्लीज़ थोड़ा जिहा जिहड़ा हैगा पाकिस्तान दा वी इहो कर दिओ हैगे उहदे विच ऐड कर दिओ, क्योंकि तुहाडे च हिम्मत नहीं हैगी। ਤੁਹਾਡੇ ਵੀ ਸਾਡੇ ਅਸੀਂ ਮੈਂ ਮਜ਼ਬੂਰੀਆਂ ਤੁਹਾਡੀਆਂ ਸਮਝਦਾ ਹੈਗਾ। ਹੁਣ ਤੁਸੀਂ ਇੱਕ ਮੈਪ ਦੇ ਵਿੱਚ, ਤੁਸੀਂ ਖਾਲਿਸਤਾਨ ਦੇ ਮੈਪ ਦੇ ਵਿੱਚ ਜਿਹੜੇ ਆਪਣੇ ਗੁਰਦੁਆਰਾ ਸਾਹਿਬ ਪ੍ਰੋਮੀਨੈਂਟ ਗੁਰਦੁਆਰਾ ਸਾਹਿਬ ਹੈਗੇ ਨੇ ਔਰ ਲਾਹੌਰ ਤੱਕ ਨਹੀਂ ਤੁਸੀਂ ਗੱਲ ਕਰ ਸਕਦੇ, ਫੋਰਗੈਟ ਕਿ ਤੁਸੀਂ ਕਿੱਥੇ ਜਾ ਕੇ ਉਹ ਜਮਰੌਤ ਦੇ ਕਿਲੇ ਤੱਕ ਜਾਣੀ ਹੈਗੀ ਸੀ, ਕਸ਼ਮੀਰ ਤੱਕ ਜਾਣਾ ਹੈਗਾ ਸੀ, ਤਿੱਬਤ ਤੱਕ ਜਾਣਾ ਹੈਗਾ ਸੀ, ਉਹ ਤਾਂ ਨਹੀਂ, ਉਹ ਤਾਂ ਤੁਸੀਂ ਫੋਰਗੈਟ ਤੁਸੀਂ ਕੋਸ਼ਿਸ਼ ਕਰ ਹੀ ਨਹੀਂ ਸਕਦੇ ਹੈਗੇ ਕਿਉਂਕਿ ਤੁਹਾਡੀ ਹਿੰਮਤ ਨਹੀਂ ਹੈਗੀ। ਇਸ ਕਰਕੇ ਅੱਜ ਸੁਤਰੀਆਂ ਜਿਹੜੀਆਂ ਹੈਗੀਆਂ ਨੇ ਪਲੀਜ਼ ਇਹਨੂੰ ਬਖਸ਼ੋ, ਲੋਕਾਂ ਨੂੰ ਜਿਉਣ ਦਿਓ, ਜੀਓ ਔਰ ਜਿਉਣ ਜੀਣੇ ਦਿਓ। ਔਰ ਇਹ ਇੱਦਾਂ ਦੀਆਂ ਤੁਹਾਡੀਆਂ ਜਿਹੜੀਆਂ ਹਰਕਤਾਂ ਹੈਗੀਆਂ ਨੇ ਲੌਂਗ ਟਰਮ ਵਾਸਤੇ ਸਾਰਿਆਂ ਦੇ ਲਈ, ਤੁਹਾਡੀ ਈਵਨ ਕਿ ਤੁਹਾਡੀ ਵੀ ਸਿਹਤ ਦੇ ਲਈ ਪੰਨੂ ਸਾਹਿਬ ਠੀਕ ਨਹੀਂ ਹੈਗੀਆਂ, ਕਿਉਂਕਿ ਉੱਥੇ ਕੈਨੇਡਾ ਦੇ ਵਿੱਚ ਵੀ ਠੰਡ ਸ਼ੁਰੂ ਹੋ ਗਈ ਹੈਗੀ, ਯੂਕੇ ਦੇ ਵਿੱਚ ਵੀ ਠੰਡ ਹੈਗੀ ਹੈ ਹੁਣ ਕਾਫੀ ਹੋ ਰਹੀ ਹੈਗੀ ਹੈ, ਔਰ ਤੁਸੀਂ ਜਿਹੜੇ ਹਿਸਾਬ ਨਾਲ ਤੁਸੀਂ ਸਪੀਚ ਦਿੰਦੇ ਹੈਗੇ ਹੋ ਉਹ ਤੁਹਾਡਾ ਸਾਰਾ ਸਿਸਟਮ ਜਿਹਾ ਗਰਮ ਹੋ ਜਾਂਦਾ ਹੈਗਾ, ਐਵੇਂ ਕੋਈ ਗਰਮ ਸਰਦ ਹੋ ਜਾਏਗੀ ਹੈਗੀ। ਥੋੜ੍ਹਾ ਜਿਹਾ ਆਪਣੀ ਸਿਹਤ ਦਾ ਧਿਆਨ ਰੱਖੋ ਹੈਗੋ, ਪਰ ਇੰਨੀ ਗੱਲ ਮੈਂ ਕਹਿੰਦਾ ਹੋਇਆ ਮੈਂ ਤੁਹਾਨੂੰ ਦੁਬਾਰਾ ਤੁਹਾਡੀ ਸਾਰੀ ਜਿਹੜੀ ਕਤੀੜ ਜੀ ਹੈਗੀ ਉਹਨੂੰ ਮੈਂ ਬੇਨਤੀ ਕਰਦਾ ਹੈਗਾ ਵੀ ਚਲੋ ਬਹੁਤ ਕੁਛ ਹੋ ਗਿਆ ਹੈਗਾ, ਹਲੇ ਵੀ ਡੁੱਲੇ ਵੀਰਾਂ ਦਾ ਕੁਛ ਨਹੀਂ ਵਿਗੜਿਆ ਹੁੰਦਾ ਹੈਗਾ, ਕੌਮ ਦਾ ਹੋਰ ਜਲੂਸ ਨਾ ਕੱਢੋ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।